जय वाल्मीकि। मेरा नाम तमन्ना है, मेरी उम्र 11 साल है। मैं पहाड़ पिंड विच रहिंदी हाँ। मैनू पढ़ाई दे नाल नाल डांस करन अते गाउण दा भी शौक है। मैं अपने माता पिता अते प्रभु वाल्मीकि जी दी सपोर्ट नाल इत्थे तक पहुँच पाई हाँ। मैं KKHD दा बहुत बहुत धन्नवाद करांगी। बचपन तों ही डांस दा शौक है। मेरे मम्मी पापा ने मैनू बहुत सपोर्ट दित्ती, मैं उन्हां दा धन्नवाद करांगी। मैं बलजिंदर सिंह, साबका सरपंच पिंड पाड़ा। ये बेटी जिहड़ी है मेरी पोती लगती है, तनु पट्टी इहदा नां आ। ते बड़े स्कूलां दे फंक्शनां दे विच, पिंड दे फंक्शनां दे विच, ते होर भी कई फंक्शनां दे विच इहने बहुत पार्टिसिपेट कीता। पिंड च किते भी जागरण जा कोई प्रोग्राम हुंदा उहदे विच वी इह वध चढ़ के हिस्सा लैंदी। इहनूं बचपन तों ही, छोटी हुंदी वी, इह जदों 2 साल दी सी उदों वी बड़ा म्यूजिक दे नाल इह बड़ा इहदा लगन सी, प्यार सी इहदा, ते उदों वी बड़े एक्शन करके स्टैप लगा करदी सी। जिहड़े जागरण वी हुंदे उहनां विच वी इहनां नूं इहनूं कई वारी वधिया रोल दवाया जांदा, कई वारी माता दा रोल इहनूं बच्चे नूं बहुत ही वधिया जचदा, ते लक्ष्मी माता दा भी जिहड़ा भी रोल इहनूं कोई भी दे दो, भंगड़े दा दे दिओ, किसे तरहां दा भी रोल दे दो, इह पहले नंबर ते जांदी आ। स्कूल दी पढ़ाई च वी इक नंबर ते जांदी आ, पार्टिसिपेट जिहड़ा भंगड़े दा करदी आ, कोई भी गाणा वी किते गा देवे उहदे च वी पहले नंबर ते जांदी आ। ते सानूं बड़ी खुशी आ ते साडे पिंड नूं बड़ा माण आ वी जिहड़ा DD पंजाबी ते प्रोग्राम चल रिहा इहनां दा, किस्मे कितना है दम, ये जी सिलेक्ट हुई आ। असी जिहड़े भी इन्हां नूं पसंद कर रहे प्रोग्राम नूं, असी उन्हां दा बड़े तहे दिल नूं धन्नवाद करदे हां। ते जिहड़ी ये टीम आ इन्हां दा वी असी बड़े शुक्रगुजार हां वी इन्हां ने साडे पिंड आ के साडी ये बेटी दे, मेरी पोती दे जिहड़े इन्हां ने डाकूमेंट्री फिल्म बना रहे आ, मैं असी इन्हां दा बहुत बहुत सारा परिवार तहे दिल नूं धन्नवाद करदे हां। इस टीम दी ते इस शो दी एक होर भी बड़ी खासियत आ जिहड़ी मैं दसदा वी, जिहनूं
ਕਦੀ ਵੀ ਕੋਈ ਮੌਕਾ ਨਹੀਂ ਸੀ ਮਿਲਿਆ ਸਟੇਜ 'ਤੇ ਜਾਣ ਦਾ, ਕਦੀ ਵੀ। ਗਰੀਬਾਂ ਘਰਾਂ ਦੇ ਵਿੱਚ ਜਿਹੜੇ ਬੱਚੇ ਆ, ਇੰਨੇ ਟਾਇਲਟ ਆ, ਪਰ ਇਹਨਾਂ ਨੇ ਉਹਨਾਂ ਵੀ ਗਰੀਬਾਂ ਬੱਚਿਆਂ ਦੀ ਬਾਂਹ ਫੜ ਕੇ ਉਹਨਾਂ ਨੂੰ ਸਟੇਜ 'ਤੇ ਲਗਾਇਆ। ਜਿਹੜੀਆਂ ਵੱਡੀਆਂ ਵੱਡੀਆਂ ਸ਼ੋਅ ਹੁੰਦੇ ਆ, ਉਹਨਾਂ 'ਤੇ ਤੁਹਾਨੂੰ ਪਤਾ ਹੀ ਆ ਵੀ ਸਿਫਾਰਿਸ਼ਾਂ ਵੀ ਚੱਲਦੀਆਂ ਅਤੇ ਕੁਛ ਕਈ ਕੁਛ ਦੇਖਿਆ ਜਾਂਦਾ। ਪਰ ਮੈਂ ਇਸ ਟੀਮ ਦੀ ਇੱਕ ਦਿਲੋਂ ਮਤਲਬ ਕਦਰ ਕਰਦਾ ਵੀ ਜਿੰਨੇ ਵੀ ਬੱਚੇ ਟਾਇਲਟ ਆ, ਜਿਹੜੇ ਝੁੱਗੀਆਂ 'ਚ ਭਾਵਾਂ ਰਹਿੰਦੇ ਆ, ਭਾਵਾਂ ਉਹ ਚੰਗੇ ਘਰਾਂ 'ਚ ਰਹਿੰਦੇ ਆ, ਮਿਹਨਤੀ ਬੱਚਿਆਂ ਦੇ ਬੱਚੇ ਆ, ਇਹਨਾਂ ਨੇ ਉਹਨਾਂ ਨੂੰ ਵੀ ਮੌਕਾ ਦਿੱਤਾ। ਇਹ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਆ ਵੀ ਜਿਹੜਾ ਇਹਨਾਂ ਨੇ ਵਧੀਆ ਇੱਕ ਮੌਕਾ ਦਿੱਤਾ, ਨਹੀਂ ਤਾਂ ਸ਼ਾਇਦ ਹੀ ਇੱਦਾਂ ਦੇ ਸਾਡੇ ਵਰਗੇ ਸਾਡੇ ਬੱਚਿਆਂ ਨੂੰ ਇੱਦਾਂ ਦਾ ਮੌਕਾ ਮਿਲਦਾ। ਇਸ ਟੀਮ ਦਾ ਹੀ ਮੈਂ ਬੜਾ ਸ਼ੁਕਰ ਗੁਜ਼ਾਰ ਹਾਂ ਵੀ ਇਹਨਾਂ ਨੇ ਛੋਟੇ ਤੋਂ ਛੋਟੇ ਅਤੇ ਗਰੀਬ ਤੋਂ ਗਰੀਬ ਵੀ ਬੱਚਿਆਂ ਨੂੰ ਮੌਕਾ ਦਿੱਤਾ ਆ। ਅਸੀਂ ਇਹਨਾਂ ਨੂੰ ਕਹਿੰਦੇ ਵੀ ਇਹਨਾਂ ਦਾ ਜਿਹੜਾ ਚੈਨਲ ਆ, ਇਹਨਾਂ ਦੀ ਟੀਮ ਆ, ਇਹਨਾਂ ਦਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਨ, ਅਤੇ ਇਹਨਾਂ ਇਹ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣ ਅਤੇ ਲੋਕਾਂ ਤੋਂ ਅਸੀਸਾਂ ਲੈਂਦੇ ਰਹਿਣ। ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਇਹਨਾਂ ਦਾ ਅਤੇ ਸਾਡੇ ਪਿੰਡ ਵੱਲੋਂ ਇਹਨਾਂ ਟੀਮ ਦਾ ਵੀ ਧੰਨਵਾਦ ਕਰਦੇ ਹਾਂ। ਥੈਂਕ ਯੂ ਜੀ। ਬੇਟੀ ਤਮੰਨਾ ਹੈ, ਇਹ ਬਹੁਤ ਲਾਡਲੀ ਅਤੇ ਪਿਆਰੀ। ਜਿਹੜੀ ਵੀ ਇਹਦੇ ਦਿਲ ਵਿੱਚ ਕੋਈ ਗੱਲ ਹੁੰਦੀ ਆ, ਉਹੀ ਅਸੀਂ ਇਹਦੀ ਆਸ਼ਾ ਪੂਰੀ ਕਰਦੇ ਹਾਂ। ਇਹਨੂੰ ਡਾਂਸ ਦਾ ਬਹੁਤ ਸ਼ੌਂਕ ਸੀਗਾ। ਪੰਜਵੀਂ ਦੇ ਵਿੱਚ ਜਦੋਂ ਪੜ੍ਹਦੀ ਹੁੰਦੀ ਸੀ ਅਤੇ ਉੱਥੇ ਸਕੂਲ ਡਾਂਸ ਕਰਦੀ ਹੁੰਦੀ ਸੀ ਪਾਰਟੀ 'ਤੇ ਜਾਣਾ ਤਾਂ, ਅਤੇ ਇਹਨੇ KKHD ਦਾ ਪ੍ਰੋਗਰਾਮ ਦੇਖਿਆ ਅਤੇ ਇਹਦੇ ਦਿਲ ਵਿੱਚ ਹੋਰ ਵੀ ਤਮੰਨਾ ਉੱਠੀ ਕਿ ਮੈਂ ਡਾਂਸ ਕਰਾਂ। ਅਤੇ ਮੇਰੀ ਬੇਟੀ 'ਤੇ ਮੈਨੂੰ ਬਹੁਤ ਗਰਵ ਆ ਕਿ ਇਹ ਅੱਗੇ ਵਧੂਗੀ ਅਤੇ KKHD ਦਾ ਅਤੇ ਮੇਰੇ ਪਿੰਡ ਦਾ ਅਤੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕਰੂਗੀ। ਮੈਂ ਵਰੁਣ ਬੈਂਸਲ ਦੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੇ ਬੱਚੇ ਨੂੰ ਸਟੇਜ ਉੱਪਰ ਜਾਣ ਦਾ ਬਹੁਤ ਇਮਾਨ ਬਖਸ਼ਿਆ, ਅਤੇ ਮੈਂ ਅੱਗੇ ਵੀ ਇਹੋ ਹੀ ਦੁਆ ਕਰੂੰਗੀ ਕਿ ਮੇਰਾ ਬੱਚਾ ਅੱਗੇ ਵਧੇ। ਅਤੇ ਡਾਇਰੈਕਟਰ ਅਤੇ ਪ੍ਰੋਡਿਊਸਰ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ KKHD। ਸਤਿ ਸ਼੍ਰੀ ਅਕਾਲ ਜੀ, ਮੈਂ ਜੋਗਿੰਦਰ ਸਿੰਘ, ਬੜਾ ਪਿੰਡ। ਇਹ ਮੇਰੀ ਭਤੀਜੀ ਆ ਤਨੂੰ, ਨਾਲ ਮੇਰੀ ਬੇਟੀ ਖੜ੍ਹੀ ਆ ਸਿਮਰਨ। ਇਹ ਜੀ ਬਹੁਤ ਵਧੀਆ ਜਿਹੜਾ ਡਾਂਸ ਕਰਦੀਆਂ ਆ। ਮੈਂ KKHD ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਸਾਡੇ ਬੱਚਿਆਂ ਨੂੰ ਮੌਕਾ ਦਿੱਤਾ ਇਸ ਸਟੈਂਡ 'ਤੇ ਪਹੁੰਚਣ ਦਾ। ਬਹੁਤ ਬਹੁਤ ਧੰਨਵਾਦੀ ਹਾਂ। ਸਿਮਰਨ ਹੈ, ਇਹ ਮੇਰੀ ਤਮੰਨਾ ਭੈਣ ਛੋਟੀ ਹੈ। ਇਹ ਹੈ ਨਾ, ਇਹਨੂੰ ਬਚਪਨ 'ਚ ਵੀ ਬੜਾ ਸ਼ੌਂਕ ਹੈ, ਮੈਂ ਇਹ ਪੜ੍ਹਾਈ 'ਚ ਵੀ ਬੜੀ ਹੁਸ਼ਿਆਰ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਪ੍ਰੀਤ ਕੌਰ ਹੈ, ਤਮੰਨਾ ਮੇਰੀ ਛੋਟੀ ਸਿਸਟਰ ਹੈ। ਇਹਨੂੰ ਛੋਟੇ ਹੁੰਦਿਆਂ ਤੋਂ ਡਾਂਸਿੰਗ ਦਾ ਬਹੁਤ ਸ਼ੌਂਕ ਸੀ।
ਕੇਕ ਐਚ ਡੀ ਦਾ ਫਾਈਨਲ ਰਾਊਂਡ ਜਿੱਤ ਕੇ ਆਵੇ, ਅਸੀਂ ਪਰਮਾਤਮਾ ਅੱਗੇ ਅਰਦਾਸ ਕਰਾਂਗੇ। ਜੈ ਵਾਲਮੀਕੀ। ਮੇਰਾ ਨਾਮ ਮਨਪ੍ਰੀਤ ਕੌਰ ਹੈ, ਮੈਂ ਤਮੰਨਾ ਦੀ ਭੂਆ ਲੱਗਦੀ ਹਾਂ। ਤਮੰਨਾ ਮੇਰੇ ਕੋਲ ਪ੍ਰੈਕਟਿਸ ਥੋੜ੍ਹਾ ਕਰਨ ਆ ਜਾਂਦੀ ਡਾਂਸ ਦੀ। ਤਮੰਨਾ ਪੜ੍ਹਾਈ ਦੇ ਨਾਲ ਦੇ ਨਾਲ ਨਾਲ ਗਾਉਣ ਦਾ ਵੀ ਸ਼ੌਂਕ ਰੱਖਦੀ ਆ, ਅਤੇ ਮੈਂ ਆਪਣੇ ਫੈਮਿਲੀ ਦੇ ਨਾਲ ਨਾਲ ਥੋੜ੍ਹਾ ਟਾਈਮ ਸਟੱਡੀ ਦੇ ਨਾਲ ਨਾਲ ਤਮੰਨਾ ਲਈ ਥੋੜ੍ਹਾ ਟਾਈਮ ਕੱਢਦੀ ਹਾਂ, ਤਾਂ ਜੋ ਮਤਲਬ ਉਹ ਅੱਗੇ ਕੇਕੇ ਐਚ ਡੀ ਵਿੱਚ ਆਪਣਾ ਨਾਮ ਰੋਸ਼ਨ ਕਰ ਸਕੇ। ਅਸੀਂ ਕੇਕੇ ਐਚ ਡੀ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਜਿਹਦੇ ਥਰੂ ਤਮੰਨਾ ਅੱਗੇ ਵਧੂਗੀ ਅਤੇ ਆਪਣੇ ਫੈਮਿਲੀ ਦਾ ਅਤੇ ਪਰਿਵਾਰ ਦਾ ਨਾਮ ਰੋਸ਼ਨ ਕਰੂਗੀ, ਜਿਹਦੇ ਨਾਲ ਉਹ ਇਸ ਜਿਹੜੇ ਸ਼ੋਅ ਨੂੰ ਆ ਉਮੀਦ ਕਰਦੇ ਹਾਂ ਕਿ ਉਹ ਅੱਗੇ ਜਿੱਤ ਕੇ ਹੀ ਆਵੇ। ਹਾਂਜੀ, ਮੈਂ ਰਵਿੰਦਰ ਕੌਰ, ਸੀਨੀਅਰ ਲੈਕਚਰਾਰ ਸੀਨੀਅਰ ਸੈਕੰਡਰੀ ਸਕੂਲ ਸ਼ਹੀਦ ਸਰਵਨ ਸਿੰਘ ਸਕੂਲ ਖੁਸਰੋਪੁਰ ਤੋਂ ਬੋਲ ਰਹੀ ਹਾਂ। ਇਹ ਤਮੰਨਾ ਸਾਡੇ ਸਕੂਲ ਦੀ 6ਵੀਂ ਕਲਾਸ ਦੀ ਸਟੂਡੈਂਟ ਹੈ। ਇਹ ਇੱਕ ਆਲਰਾਊਂਡਰ ਸਟੂਡੈਂਟ ਹੈ ਮੇਰੇ ਸਕੂਲ ਦੀ। ਇਹ ਪੜ੍ਹਾਈ ਵਿੱਚ ਵੀ ਬਹੁਤ ਅੱਛੀ ਆ, ਖੇਡਾਂ 'ਚ ਵੀ ਹਿੱਸਾ ਲੈਂਦੀ ਆ, ਔਰ ਸਕੂਲ ਦੇ ਵਿੱਚ ਜਿੰਨੀਆਂ ਵੀ ਐਕਟੀਵਿਟੀਜ਼ ਚੱਲਦੀਆਂ ਉਹਦੇ 'ਚ ਹਮੇਸ਼ਾ ਹੀ ਇਹਨੇ ਵੱਧ ਚੜ੍ਹ ਕੇ ਪਾਰਟੀਸਪੇਟ ਕੀਤਾ ਵਾ। ਇਹ ਜਿਹੜਾ ਮੰਚ ਹੈਗਾ ਵਾ, ਕਿਸਮੇ ਕਿਤਨਾ ਹੈ ਦਮ, ਇਹਦੇ ਅਸੀਂ ਬੜੇ ਸ਼ੁਕਰਗੁਜ਼ਾਰ ਹੈ ਕਿ ਇਹਨੇ ਸਾਡੇ ਸਕੂਲ ਦੀ ਵਿਦਿਆਰਥਣ ਨੂੰ, ਇਸ ਬੱਚੀ ਨੂੰ ਜਿਹੜਾ ਹੈਗਾ ਆਪਣਾ ਟੇਲੈਂਟ ਵਿਖਾਉਣ ਲਈ ਜਿਹੜਾ ਇੱਕ ਮੌਕਾ ਦਿੱਤਾ ਵਾ। ਔਰ ਮੇਰੀ ਵਾਹਿਗੁਰੂ ਅੱਗੇ ਇਹੀ ਅਰਦਾਸ ਆ ਕਿ ਇਹ ਜਿਹੜਾ ਸਾਡਾ ਬੱਚਾ ਵਾ ਬਹੁਤ ਅੱਗੇ ਤੱਕ ਬੁਲੰਦੀਆਂ ਨੂੰ ਛੂਹੇ। ਥੈਂਕ ਯੂ। ਅਸੀਂ ਸਮੂਹ ਸਕੂਲ ਸਟਾਫ ਇਹ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਬੁਲੰਦੀਆਂ ਨੂੰ ਛੂਵੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਗਾਂ ਤੱਕ ਪਹੁੰਚ ਸਕੇ। ਧੰਨਵਾਦ। ਆਸ਼ਾ ਕਰਦੀ ਹਾਂ ਕਿ ਜਿਹੜਾ ਸ਼ੋਅ ਹੈ ਕੇਕੇ ਐਚ ਡੀ ਇਸ ਬੱਚੇ ਨੂੰ ਇੱਕ ਵਧੀਆ ਪਲੇਟਫਾਰਮ ਪ੍ਰਦਾਨ ਕਰੇਗਾ ਤਾਂ ਕਿ ਇਹ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਬਣ ਸਕੇ। ਅਸੀਂ ਕੇਕੇ ਐਚ ਡੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਕੁੜੀਆਂ ਨੂੰ ਇੱਕ ਪਲੇਟਫਾਰਮ ਦਿੱਤਾ ਹੈ
ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਅੱਗੇ ਕੁਛ ਕਰ ਸਕੇ, ਡਾਂਸ ਦੇ ਵਿੱਚ ਆਪਣਾ ਕਰੀਅਰ ਬਣਾ ਸਕੇ। ਮੈਂ ਸਿਕੰਦਰ ਲਾਲ, ਲੈਕਚਰਰ ਪੰਜਾਬੀ, ਸ਼ਹੀਦ ਸਰਵਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਖੁਸਰੋਪੁਰ। ਮੈਂ ਤਮੰਨਾ ਦੀ ਗੱਲ ਕਰਦਾ, ਤਮੰਨਾ ਪੜ੍ਹਨ ਵਿੱਚ ਵੀ ਬਹੁਤ ਹੁਸ਼ਿਆਰ ਹੈ, ਖੇਡਾਂ ਵਿੱਚ ਵੀ ਇੱਕ ਨੰਬਰ 'ਤੇ, ਕੰਪਿਊਟਰ ਐਜੂਕੇਸ਼ਨ ਵਿੱਚ ਵੀ ਵਧੀਆ। ਹਾਲਾਂਕਿ ਇਹ ਮਤਲਬ ਪੰਜਵੀਂ ਪਾਸ ਕਰਕੇ ਛੇਵੀਂ 'ਚ ਸਾਡੇ ਕੋਲ ਪਹਿਲੇ ਸਾਲ ਆਈ ਹੈ, ਫਿਰ ਵੀ ਇਹ ਬਹੁਤ ਵਧੀਆ ਕਾਰਗੁਜ਼ਾਰੀ ਦਿਖਾ ਰਹੀ ਹੈ। ਅਤੇ ਮੈਂ ਇਸ ਮੰਚ ਦਾ ਕਿਸਮੇ ਕਿਤਨਾ ਹੈ ਦਮ ਦਾ ਬਹੁਤ ਧੰਨਵਾਦੀ ਹਾਂ, ਜਿਸ ਨੇ ਇਸ ਬੱਚੀ ਨੂੰ ਇਸ ਮੰਚ ਦੇ ਥਰੂ ਅੱਗੇ ਵਧਣ ਦਾ ਮੌਕਾ ਦਿੱਤਾ, ਅਤੇ ਇਹ ਬੱਚਾ ਇਸ ਮੰਚ ਦੇ ਥਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਇਹੀ ਸਾਡੀ ਪਰਮਾਤਮਾ ਅੱਗੇ ਅਰਦਾਸ ਹੈ।